ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਆਪਾਂ ਸ਼ਹੀਦ ਕਰਮਜੀਤ ਸਿੰਘ ਸੁਲਤਾਨਵਿੰਡ ਤੇ ਨਰਮਨ ਸਿੰਘ ਮੀਆਂਵਿੰਡ ਦੀ ਵਰਸੀ ਮਨਾ ਰਹੇ ਮੈਨੂੰ ਉਹ ਦਿਨ ਯਾਦ ਆਉਂਦੇ ਆ ਜਦੋਂ ਸੁਣੀ ਸੀ ਖਬਰ ਕਿ ਇਹ ਦੋਨੇ ਸਾਡੇ ਵੀਰ ਸ਼ਹੀਦ ਹੋ ਗਏ ਸ਼ਹਾਦਤ ਦੀ ਗੱਲ ਤਾਂ ਇਹ ਹੋਈ ਕਿ ਜਲੰਧਰ ਚੇਹੇ ਕਿਤੇ ਜਾ ਰਹੇ ਸੰਤ ਤੇ ਇਹਨਾਂ ਨੂੰ ਸੀਆਰਪੀ ਵਾਲਿਆਂ ਕੁਝ ਜੀਪਾਂ ਨੇ ਘੇਰ ਲਿਆ ਤੇ ਅੰਦਰ ਬਿਠਾ ਲਿਆ ਪੁਸ਼ਕਿਸ਼ਲੇ ਲੈ ਗਏ ਉਹੋ ਕਿਸੇ ਨੇ ਫੜਾਇਆ ਸੀ ਜਾਂ ਅਚਨ ਤੇ ਸ਼ੱਕ ਤੇ ਹੋਇਆ ਇਹ ਅੱਜ ਤੱਕ ਵੀ ਸਾਨੂੰ ਇਹ ਹੈ ਨਾ ਕੋਈ ਪੱਕਾ ਨਹੀਂ ਪਤਾ ਲੱਗਿਆ ਪਰ ਉਸ ਦਿਨ ਸਾਡੀ ਕੌਮ ਨੂੰ ਬਹੁਤ ਵੱਡਾ ਨੁਕਸਾਨ ਹੋ ਗਿਆ ਉੱਥੇ ਸੁਣੀ ਦਾ ਇੰਜ ਹੈ ਕਿ ਜਦੋਂ ਇਹਨਾਂ ਨੂੰ ਸ਼ੱਕ ਦੇ ਆਧਾਰ ਤੇ ਉਹਨਾਂ ਨੇ ਜੀਪ ਚ ਬਿਠਾ ਲਿਆ ਪਿੱਛੇ ਜੀਪ ਚ ਤੇ ਇਹਨਾਂ ਨੂੰ ਜਦੋਂ ਸ਼્યોਰ ਹੋ ਗਿਆ ਕਿ ਹੁਣ ਬਚਾਅ ਨਹੀਂ ਹੈ ਤੇ ਕਮਰਜੀਤ ਸਿੰਘ ਕੋਲ ਸਾਇਨਾਈਡ ਸੀ ਉਹ ਸਦਾ ਹੀ ਸਾਇਨਾਈਡ ਆਪਣੇ ਕੋਲ ਰੱਖਦੇ ਸਨ ਦੋਨੇ ਸਿੰਘ ਤੇ ਉਹਨੇ ਸਾਇਨਾਈਡ ਮੂੰਹ ਚ ਪਾ ਲਿਆ ਉਹਨਾਂ ਦਿਨਾਂ ਚ ਕਮਰਜੀਤ ਸਿੰਘ ਦੀ ਲੱਤ ਲੱਤ ਟੁੱਟ ਗਈ ਸੀ ਤੇ ਸਰੀਆ ਪਿਆ ਸੀ ਉਹ ਸਿਰਫ ਤੁਰ ਹੀ ਸਕਦੇ ਸੀ ਹੌਲੀ ਹੌਲੀ ਜਿਆਦਾ ਤੇਜ਼ ਤੁਰ ਵੀ ਨਹੀਂ ਸਕਦੇ ਫਿਰ ਉਹਨਾਂ ਨੇ ਇਹ ਹੀ ਸੋਚਿਆ ਕਿ ਉਹ ਤਾਂ ਹੁਣ ਨਹੀਂ ਭੱਜ ਸਕਦੇ ਉਹਨਾਂ ਨੇ ਨਿਰਮਲ ਸਿੰਘ ਨੂੰ ਕਿਹਾ ਕਿ ਤੂੰ ਨੈਕਸਟ ਜਦੋਂ ਬੱਤੀਆਂ ਆਉਣਗੀਆਂ ਤੋਂ ਛਾਲ ਮਾਰ ਕੇ ਭੱਜੇ ਮੈਂ ਇੱਥੇ ਸੀਆਰਪੀ ਵਾਲਿਆਂ ਨਾਲ ਉਲਝ ਜਾਊਗਾ ਉਹਦੀ ਇਸੇ ਤਰ੍ਹਾਂ ਹੋਇਆ ਜੋ ਸੁਣੀਦਾ ਕਿ ਜਦੋਂ ਨੈਕਸਟ ਚੌਕ ਆਇਆ ਜਿੱਥੇ ਤੇ ਉੱਥੇ ਕੌਰਜੀਤ ਸਿੰਘ ਨੇ ਜਿਹੜਾ ਨਾਲ ਸੀਆਰਪੀਐਫ ਦਾ ਉਹਦੀ ਸਟੇਨ ਖੋਲ ਲਈ ਤੇ ਉਹ ਚੱਲ ਗਈ ਤੇ ਨਿਰਮਲ ਸਿੰਘ ਨੇ ਛਾਲ ਮਾਰਤੀ ਗੱਡੀ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਕਿਸਮਤ ਨੇ ਸਾਥ ਨਹੀਂ ਦਿੱਤਾ ਉਹਨਾਂ ਦਾ ਸਿਰ ਉੱਪਰ ਗੋਲਡਰ ਚ ਵੱਜਿਆ ਤੇ ਨਰਮਲ ਸਿੰਘ ਹੁਣੀ ਡਿੱਗ ਪਏ ਤੇ ਉੱਥੇ ਫਿਰ ਸੀਆਰਪੀ ਵਾਲਿਆਂ ਨੇ ਉਹਨਾਂ ਦੇ ਉੱਥੇ ਹੀ ਗੋਲੀ ਮਾਰ ਦਿੱਤੀ ਤੇ ਕਮਰਜੀਤ ਸਿੰਘ ਉਹਨਾਂ ਨੇ ਸਾਇਨਾਈਡ ਪਹਿਲਾਂ ਹੀ ਮੂੰਹ ਚ ਪਾਈ ਸੀ ਤੇ ਉਹ ਇਸ ਤਰੀਕੇ ਨਾਲ ਸ਼ਹੀਦ ਹੋ ਗਏ ਇਹ ਸਾਡੇ ਸੰਘਰਸ਼ ਲਈ ਬਹੁਤ ਵੱਡੀ ਇੱਕ ਛੱਟ ਸੀ ਕਿਉਂਕਿ ਇਹ ਦੋਵੇਂ ਸਿੰਘਾਂ ਦਾ ਸੰਘਰਸ਼ ਨੂੰ ਬਹੁਤ ਜੜਾ ਦੇਣ ਸੀ ਇੱਕ ਥੰਮ ਸੀ ਸੰਘਰਸ਼ ਦੇ ਹੁਣ ਅੱਜ ਦੇ ਸਮੇਂ 'ਚ ਵੀ ਆਪਾਂ ਉਹਨਾਂ ਬਾਰੇ ਘੱਟ ਜਾਣਦੇ ਆਂ ਉਹਨਾਂ ਨੂੰ ਲੋਕੀ ਉਸ ਤਰ੍ਹਾਂ ਨਹੀਂ ਜਾਣਦੇ ਜਿਸ ਤਰ੍ਹਾਂ ਉਹ ਸੀ ਉਹ ਸੰਘਰਸ਼ ਤੇ ਤ੍ਰੂ ਤਾਰਿਆਂ ਵਾਂਗ ਸਨ ਕਮਰਜੀਤ ਸਿੰਘ ਸੁਲਤਾਨਵਿੰਡ ਨਿਰਮਲ ਸਿੰਘ ਮੀਆਂਵਿੰਡ ਬਾਬਾ ਬਲਵਿੰਦਰ ਸਿੰਘ ਹਰਮਿੰਦਰ ਸਿੰਘ ਸੁਲਤਾਨਵਿੰਡ ਇਹ ਚਾਰੇ ਹੀ ਦੋਸਤ ਸਨ ਤੇ ਜਦੋਂ ਮੈਂ ਅਸੀਂ ਪਗੋੜੇ ਹੋਏ ਕੋਈ ਤੇ ਅਸੀਂ ਪਹਿਲੀ ਵਾਰ ਇਹਨਾਂ ਨੂੰ ਜਦੋਂ ਦਿੱਲੀ ਵਾਲੇ ਕੰਮ ਸਿਰੇ ਚੜ ਗਏ ਸੀ ਤੇ ਅਸੀਂ ਅੰਮ੍ਰਿਤਸਰ ਚ ਮਿਲੇ ਸੀ ਉਦੋਂ ਇਹ ਸਾਰੇ ਸਿੰਘ ਘਰੇ ਰਹਿ ਰਹੇ ਸੀ ਪਗੋੜੇ ਨਹੀਂ ਸੀ ਇਹ ਚਾਰੇ ਜਣੇ ਤੇ ਸਾਡੀ ਉਦੋਂ ਦੀ ਵਕਫੀਅਤ ਹੈ ਤੇ ਇਹਨਾਂ ਚਾਰਾਂ ਸਿੰਘਾਂ ਨੇ ਘਰੇ ਰਹਿ ਕੇ ਬਹੁਤ ਜ਼ਿਆਦਾ ਸੇਵਾ ਕੀਤੀ ਇਹ 84 ਤੋਂ ਪਹਿਲਾਂ ਹੀ ਸੰਘਰਸ਼ ਨਾਲ ਜੁੜੇ ਸੀ 84 ਦੇ ਦੌਰਾਨ 84 ਤੋਂ ਬਾਅਦ ਇਹਨਾਂ ਨੇ ਸਾਰੀ ਮੂਵਮੈਂਟ ਨੂੰ ਇਕੱਠਿਆਂ ਕੀਤਾ, ਸੰਭਾਲਿਆ, ਉਹਨੂੰ ਨਰਸ਼ ਕੀਤਾ, ਵੀ ਹਰ ਤਰੀਕਾ ਮਦਦ ਕੀਤੀ ਸਾਰੇ ਦੇ ਸਾਰੇ ਪਰਿਵਾਰ ਨੇ। ਇੱਥੋਂ ਤੱਕ ਕਿ ਜਦੋਂ ਦਵਾਰਾ ਦਮਦਮੀ ਤਖਸਾਲ ਦੇ ਸਿੰਘਾਂ ਨੂੰ, ਫੈਡਰੇਸ਼ਨ ਦੇ ਸਿੰਘਾਂ ਨੂੰ ਤੇ ਹੋਰ ਸਾਰੇ ਸੰਘਰਸ਼ ਦੇ ਜਿਹੜੇ ਤੱਤ ਸੀ ਜਿੰਨੇ ਵੀ, ਉਹਨਾਂ ਸਾਰਿਆਂ ਨੂੰ ਇਹਨਾਂ ਨੇ ਆਪਣੀਆਂ ਠਹਿਰਾਵਾਂ ਬਣਾ ਕੇ ਅੰਮ੍ਰਿਤਸਰ ਦੇ ਆਲੇ-ਦੁਆਲੇ ਵਨ ਨੂੰ ਤਾਂ ਦਿੱਤੀ ਇਕੱਠਿਆ ਕੀਤੇ ਮੀਟਿੰਗਸ ਕਰਾਈਆਂ ਫਿਰ ਇਹਨਾਂ ਦਾ ਦੰਦਵੀ ਟਕਸਾਲ ਬਾਬਾ ਠਾਕਰ ਸਿੰਘ ਉਹਨਾਂ ਨਾਲ ਬਹੁਤ ਪਿਆਰ ਸੀ ਫਿਰ ਇਹਨਾਂ ਨੇ ਹੋਰ ਜਿੰਨੇ ਆਪਣੀ ਕੌਮ ਦੇ ਪਤਵੰਤੇ ਸੱਜਣਿਆ ਹੋਰ ਜਿੰਨੇ ਅੰਦਰデア ਸਾਰਿਆਂ ਨੂੰ ਇਕੱਠਿਆਂ ਕਰਕੇ ਜਿਹੜੀ ਓਵਰਗਰਾਉਂਡ ਪੋਲੀਟੀਕਲ ਐਕਟੀਵਿਟੀ ਆ ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਚੌਕ ਮਹਿਤੇ ਇਕੱਠ ਹੋਇਆ ਫਿਰ ਸਰਬਤ ਖਾਲਸਾ ਹੋਇਆ ਅੰਮ੍ਰਿਤਸਰ ਇਹ ਜਿੰਨੀਆਂ ਵੀ ਹੋਈਆਂ ਫਿਰ ਫੈਡਰੇਸ਼ਨ ਦੀ ਆਰਗੇਨਾਈਜੇਸ਼ਨ ਹੋਈ ਇਹ ਸਾਰੇ ਦੇ ਵਿੱਚ ਇਹਨਾਂ ਸਿੰਘਾਂ ਦੀ ਬਹੁਤ ਵੱਡਾ ਯੋਗਦਾਨ ਆ ਉਸ ਵਕਤ ਇਹਨਾਂ ਨੂੰ ਕੋਈ ਨਹੀਂ ਸਿਜਾਉਂਦੇ ਇਹ ਬੇਸ ਪ੍ਰੋਵਾਈਡ ਕਰ ਰਹੇ ਸੀ ਸਾਰੀ ਐਕਟੀਵਿਟੀ ਦਾ ਕਿਉਂਕਿ ਮੈਂ ਜਾਣਦਾ ਮੈਨੂੰ ਪਤਾ ਕਿ ਉਹ ਅਸੀਂ ਤਾਂ ਭਗੌੜੇ ਹੋ ਚੁੱਕੇ ਸੀ ਇਹ ਉਸ ਵਕਤ ਘਰੇ ਹੀ ਰਹਿ ਰਹੇ ਸੀ ਤੇ ਇਹਨਾਂ ਦਾ ਇੰਨਾ ਯੋਗਦਾਨ ਸੀ ਕਿ ਜਾਨਿ ਕਿ ਕਹਿ ਸਕਦੇ ਆ ਕਿ ਬਹੁਤ ਕੁਝ ਜਿਹੜਾ ਹੋ ਰਿਹਾ ਸੀ ਇਹ ਹੀ ਕਰਦੇ ਸੀ ਇੱਕ ਪਾਸੇ ਓਵਰਗ੍ਰਾਉਂਡ ਐਕਟੀਵਿਟੀ ਨੂੰ ਦੇਖ ਰਏ ਸੀ ਦੇਰਦਵੀ ਟਕਸਾਲ ਦੇ ਵਿੱਚ ਜੋ ਕੁਝ ਉੱਥੇ ਦੇਖ ਰਏ ਸੀ ਫੈਡਰੇਸ਼ਨ ਨੂੰ ਦੇਖ ਰਏ ਸੀ ਤੇ ਨਾਲ ਨਾਲ ਐਕਸ਼ਨ ਵੀ ਕਰ ਰਹੇ ਸੀ। ਭਗੌੜੇ ਹੋਣ ਤੋਂ ਪਹਿਲਾਂ ਹੀ ਇਹਨਾਂ ਨੇ ਸਾਰਿਆਂ ਨੇ ਬਹੁਤ-ਬਹੁਤ ਐਕਸ਼ਨ ਵੀ ਕੀਤੇ ਸੀ। ਜਿੱਦਾਂ ਹੁਣ ਦੇਖੀਏ ਕਿ ਕਮਰਜੀਤ ਸਿੰਘ ਸੁਲਤਾਨ ਮੈਨੂੰ ਜਿਹੜਾ ਰਵੀਰੋ ਵਾਲਾ ਐਕਸ਼ਨ ਕੀਤਾ ਉਹ ਉਸ ਵਕਤ ਘਰੇ ਸੀ ਜਦੋਂ ਕੀਤਾ। ਉਸ ਤੋਂ ਬਾਅਦ ਕਮਰਜੀ ਸਿੰਘ ਅਰੈਸਟ ਹੋ ਜਾਂਦੇ ਅਰੈਸਟ ਇਹਨਾਂ ਨੂੰ ਇਸ ਕਰਕੇ ਨਹੀਂ ਫੜਿਆ ਕਿ ਉਹਨਾਂ ਨੂੰ ਕੁਝ ਪਤਾ ਸੀ ਉਹਨਾਂ ਨੂੰ ਸ਼ੱਕ ਦੇ ਆਧਾਰ ਤੇ ਫੜ ਲਿਆ ਕੋਈ ਹੋਰ ਬੰਦਾ ਫੜਿਆ ਜਿਹਦੇ ਨਾਲ ਰਿਕਸ਼ੇ ਤੇ ਜਾਂਦੇ ਸੀ ਤੇ ਇਹਨਾਂ ਨੂੰ ਵੀ ਨਾਲ ਫੜ ਲਿਆ ਤੇ ਜੇਲ੍ਹ ਦੇ ਵਿੱਚ ਦਿੱਤਾ ਤੇ ਬੰਦਾ ਇੱਕ ਕੋਈ ਹੋਰ ਫੜਿਆ ਗਿਆ ਤੇ ਉੱਥੇ ਸਾਰੇ ਬਿਲਟੈਂਡ ਮੂਵਮੈਂਟਸ ਦੀ ਯਾਨੀ ਕਿ ਕੇਸੀਐਫ ਦੰਦਮੀਟਕ ਸਾਲ ਤੇ ਫੈਡਰੇਸ਼ਨ ਦੀ ਮੀਟਿੰਗ ਹੋਈ ਤੇ ਉਹਨਾਂ ਨੇ ਕਿਹਾ ਕਿ ਬਹੁਤ ਇੰਪੋਰਟੈਂਟ ਬੰਦਾ ਸਾਡਾ ਜੇਲ੍ਹ ਚ ਜਾਂ ਤੇ ਜਿਹੜਾ ਇੱਕ ਬੰਦਾ ਕੋਈ ਫੜਿਆ ਗਿਆ ਮੋਸਟ ਪ੍ਰੋਬਬਲੀ ਜੀ ਉਹਨੇ ਟੌਰਚਰ ਹੋਇਆ ਤੇ ਉਹਨੇ ਸਹਿਣਾ ਨਹੀਂ ਉਹਨੇ ਦੱਸ ਦੇਣਾ ਹੈ ਕਿ ਇਹ ਰਵੀਰੋ ਦਾ ਅਟੈਕ ਕਰਨ ਵਾਲਾ ਅਸਲ ਬੰਦਾ ਇਹ ਹੈ ਤੇ ਇਹਨੂੰ ਸ਼ਹੀਦ ਕਰ ਦੇਣਗੇ ਇਹ ਇੰਨਾ ਇੰਪੋਰਟੈਂਟ ਸੀ ਕਮਲਜੀਤ ਕਿ ਅਸੀਂ ਉਸ ਵਕਤ ਬਹੁਤ ਹੀ ਡੇਂਜਰਸ ਐਕਸ਼ਨ ਕੀਤਾ ਜਿਹੜਾ ਕਸ਼ੈਰੀ ਚੋਂ ਛਡਾਇਆ ਅਸੀਂ ਅੱਠ ਬੰਦੇ ਜਿਹੜੇ ਉਦੋਂ ਬਦੇ ਵੌਂਟਡ ਤੇ ਇੰਪੋਰਟੈਂਟ ਬੰਦੇ ਸੀ ਅਸੀਂ ਜਿਹਨ ਬਿਲਕੁਲੀ ਸਿਰ ਤੜੀ ਦੀ ਗੱਲ ਸਿਰ ਧੜ ਦੀ ਬਾਜੀ ਲਾ ਕੇ ਅਰਦਾਸ ਕਰਕੇ ਗਏ ਸੀ ਕਿ ਲੈ ਕੇ ਆਉਣਾ ਨਹੀਂ ਤਾਂ ਵਾਪਸ ਨਹੀਂ ਆਉਣਾ ਉਹ ਪੂਰੀ ਕਚੈਰੀ ਪੂਰੀ ਜਾਨੀ ਕਿ ਸਾਰੀ ਪੁਲਿਸ ਨਹੀਂ ਪਰੀ ਸੀ ਸੀਆਰਪੀ ਬੀਐਸਐਫ ਗੁਰੂ ਨੇ ਮਿਹਰ ਕੀਤਾ ਬਿਨਾ ਕਿਸੇ ਨੂੰ ਗੋਲੀ ਲੱਗਿਆ ਸੀ ਸਿੰਘਾਂ ਨੂੰ ਮਿਲਿਆ ਤੇ ਸ਼ਾਨ ਆਏ ਐਕਸ਼ਨ ਹੋਇਆ ਮੇਰਾ ਮਤਲਬ ਕਿ ਪਗੋੜੇ ਹੋਣ ਤੋਂ ਪਹਿਲਾਂ ਹੀ ਉਹ ਇੰਨਾ ਖੜਕੂ ਸੰਘਰਸ਼ ਵਿੱਚ ਉਹਦੀ ਇੰਪੋਰਟੈਂਸ ਸੀ ਇਹਨਾਂ ਸਾਰੇ ਸਿੰਘਾਂ ਦੀ ਫਿਰ ਉਸ ਤੋਂ ਬਾਅਦ ਅੰਡਰਗਰਾਉਂਡ ਹੋ ਗਏ ਸਾਰੇ ਸਿੰਘ ਇਹ ਹੌਲੀ-ਹੌਲੀ ਤੇ ਇਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ ਸਾਰੀਆਂ ਜਥੇਬੰਦੀਆਂ ਚ ਖਾਸ ਕਰਕੇ ਕੇਸੀਐਫ ਦਾ ਸਾਰਾ ਕੁਝ ਯਾਨੀ ਕਿ ਸਾਰਾ ਕਰਤੇ-ਤਰਤੇ ਇੱਕ ਤਰ੍ਹਾਂ ਦੀ ਰੂਹ ਹਾਂ ਰਵਾਹੀ ਸੀਗੇ ਬੰਤੇ ਜਿਹੜੇ ਚਾਹ ਰਿਆ ਤੇ ਐਕਸ਼ਨ ਆਪੱਖੋਂ ਤਾਂ ਯਾਨੀ ਕਿ ਨਾਮ ਹੀ ਨਹੀਂ ਲਿੱਤੇ ਜਾ ਸਕਦੇ ਜਿੰਨੇ ਇਹਨਾਂ ਦੇ ਐਕਸ਼ਨਸ ਨੇ ਆਪ ਕਰਦੇ ਸਨ ਸਾਰੇ ਐਕਸ਼ਨ ਜਿੱਡੇ-ਜੱਡੇ ਵੱਡੇ ਐਕਸ਼ਨ ਚਾਂਮ ਅਮਰitsar ਜਲੰਧਰ ਲੁਧਿਆਣਾ ਕੋਈ ਗਣਤੀ ਨਹੀਂ ਤੇ ਸਭ ਤੋਂ ਵੱਡੀ ਇਹਨਾਂ ਦੀ ਗੱਲ ਇਹ ਹੈ ਕਿ ਇਹਨਾਂ ਦਾ ਪਿਆਰ ਬਹੁਤ ਸਿਆਸ ਵਿੱਚ ਦੋਸਤੀ ਸੀ ਤੇ ਇਹ ਹੋਰਾਂ ਦਾ ਵੀ ਬਹੁਤ ਪਿਆਰ ਕਰਦੇ ਸੀ ਬਹੁਤ ਸਾਂਭਦੇ ਸੀ ਸਤਿਕਾਰ ਕਰਦੇ ਸੀ ਉਹਨਾਂ ਦਾ ਖਿਆਲ ਰਹਿਂਦਾ ਸੀ ਸਾਰਿਆਂ ਦਾ ਘਰਾਂ ਵਾਲਿਆਂ ਦੇ ਜਿਹੜੇ ਸਿੰਘ ਸ਼ਹੀਦ ਹੋ ਗਏ ਜਿਹੜੇ 18 ਮੌਲੇ ਜੇਲ੍ਹਾਂ ਵਾਲੇ ਆ ਉਹਨਾਂ ਨੂੰ ਇੱਕੇ ਸਵਾਲ ਲਣਾ ਵਰਸੀਆਂ ਕਰਾਉਣੀਆਂ ਉਹਨਾਂ ਦੇ ਖਰਚ ਪਾਣੀ ਦਾ ਕੋਈ ਹਸਪੀਟਲ ਦਾ ਸਦਾ ਹੀ ਇੱਕ ਬਹੁਤ ਵੱਡੀ ਇਹਨਾਂ ਦੀ ਜ਼ਿੰਮੇਵਾਰੀ ਹੁੰਦੀ ਸੀ ਇਹ ਪੱਖ ਮੈਂ ਦੇਖਿਆ ਕਿ ਇਹਨਾਂ ਚ ਬਹੁਤ ਜ਼ਿਆਦਾ ਸੀ ਫਿਰ ਇਹਨਾਂ ਦੀ ਬੜੀ ਕੋਸ਼ਿਸ਼ ਹੁੰਦੀ ਸੀ ਕਿ ਸਿੰਘਾਂ ਨੂੰ ਘੱਟ ਤੋਂ ਘੱਟ ਪਗੋੜੇ ਕੀਤਾ ਜਾਵੇ ਤੇ ਉਹਨਾਂ ਨੂੰ ਸਾਂਭਿਆ ਜਾਵੇ ਰਿਸਕ ਲੈ ਕੇ ਇਹਨਾਂ ਨੇ ਉਹਨਾਂ ਨੂੰ ਮਿਲ ਕੇ ਸਮਝਾਉਣਾ ਜੇ ਕੋਈ ਪਗੋੜਾ ਹੋਵੇ ਫਿਰ ਸਾਂਭਣਾ ਫਿਰ ਇਹਨਾਂ ਦਾ ਇੱਕ ਜਿਹੜਾ ਬਹੁਤ ਹੀ ਸਟਰੋਂਗ ਪੁਆਇੰਟ ਸੀ ਕਿ ਬਹੁਤ ਹੀ ਸਟਰੋਂਗ ਕੈਰੈਕਟਰ ਸੀ ਜਿਨਨੇ ਨਰਸੀ ਸੀ ਜਿਨਨੇ ਕੇਅਰ ਟੇਕਿੰਗ ਸੀ ਜਿਨਨੇ ਪਿਆਰ ਕਰਨੇ ਉਹਨੇ ਹੀ ਸਖਤ ਤੇ ਉਹਨੇ ਹੀ ਸਟੈਡਫਾਸਟ ਆਪਣੇ ਕਮਿਟਮੈਂਟ ਦੇ ਵਿੱਚ ਤੇ ਬਹੁਤ ਤਕੜੇ ਜਰਨਲਸ ਤੇ ਸੋਲਜਰਸ ਕਲਸਤਾਨ ਦੇ ਰੀਅਲ ਸੋਲਜਰਸ ਸੀ ਜਿਨ੍ਹਾਂ ਨੇ ਦੁਸ਼ਮਨ ਹਰ ਥਾਂ ਜਾ ਕੇ ਕੀ ਪੰਜਾਬ ਕੀ ਹਰਿਆਣਾ ਕੀ ਦਿੱਲੀ ਸਭ ਥਾਂ ਮੱਥਾ ਲਿਆ ਤੇ ਕਦੀ ਵੀ ਨਹੀਂ ਡੋਲੇ ਕਦੀ ਵੀ ਜਾਣੀ ਕਿ ਨਾ ਜਹ ਹੁੰਦਾ ਹੀ ਨਹੀਂ ਸੀ ਜਿੱਡੇ ਮਰਜੀ ਜਾਣੀ ਕਿ ਵੱਡੀਆਂ ਮੁਸੀਬਤਾਂ ਜਾਣੀ ਕਿ ਇਹਨਾਂ ਦੇ ਕਿਤੇ ਕੋਈ ਇਹਨਾਂ ਦੇ ਚਿਹਰੇ ਤੇ ਕਿਸੇ ਤਰ੍ਹਾਂ ਦੀ ਕੋਈ ਥਕਾਵਟ ਆ ਜਾਣੀ ਜਾਂ ਕੋਈ ਢੈਂਦੀ ਕੋਲ ਮਤਲਬ ਹੀ ਕੋਈ ਨਹੀਂ ਇੱਕ ਦ੍ਰਿੜਤਾ ਦੇ ਪਹਾੜ ਸਨ ਇਹ ਸਾਰੇ ਕਵਰਜੀਤ ਸਿੰਘ ਨਿਰਮਲ ਸਿੰਘ ਰਮਿੰਦਰ ਸਿੰਘ ਬਲਵਿੰਦਰ ਸਿੰਘ ਤੇ ਬਹੁਤ ਵੱਡੀ ਇਹਨਾਂ ਦੀ ਦੇਣ ਆ ਬਹੁਤ ਸਿੰਘ ਇਹਨਾਂ ਨੂੰ ਦੇਖ ਕੇ ਹੀ ਚੱਲੇ ਆ ਤੇ ਇਹਨਾਂ ਦੀਆਂ ਪੈੜਾਂ ਸਾਨੂੰ ਸਾਰਿਆਂ ਨੂੰ ਪਛਾਨਣੀਆਂ ਚਾਹੀਦੀਆਂ ਆ ਤੇ ਹੋਰ ਜਿਹੜੀ ਇੱਕ ਬਹੁਤ ਹੀ ਅਹਿਮ ਗੱਲ ਕਮਰਜੀਤ ਸਿੰਘ ਬਾਰੇ ਆ ਉਹ ਇਹ ਹੈ ਕਿ ਉਹ ਸਿਰਫ ਇੱਕ ਜੰਗੀ ਜਰਨੈਲ ਹੀ ਨਹੀਂ ਸੀ ਉਹ ਬਹੁਤ ਵੱਡਾ ਸਟੇਟਸਮੈਨ ਸੀ ਇੱਕ ਲੀਡਰ ਸੀਗਾ ਇੱਕ ਲੀਡਰ ਸੀ ਜਿਹੜਾ ਗਵਾਲ ਆ ਸੀ ਜਿਹੜਾ ਇੱਕ ਰੀਅਲ ਲੀਡਰ ਸੀ ਜੰਗੂ ਲੀਡਰ ਵੀ ਤੇ ਰਾਜਨੀਤਿਕ ਲੀਡਰ ਵੀ ਉਹ ਇੱਕ ਕੈਪੈਸਿਟੀ ਸੀ ਖਾਸ ਕੈਪੈਸਿਟੀ ਸੀ ਤੇ ਮੈਂ ਤਾਂ ਜਦੋਂ ਦੇਖਦਾ ਕਿ ਸਾਡੇ ਵੱਡੇ ਜਰਨਲ ਜਿਹੜੇ ਸਨ ਜਾਂ ਜਨਾਂ ਚ ਬਹੁਤ ਜ਼ਿਆਦਾ ਕੈਪੈਸਿਟੀ ਸੀ ਇਹ ਕਵਰਜੀਤ ਸਿੰਘ ਉਹ ਹੀ ਜੀ ਸ਼ਖਸੀਅਤ ਸੀ ਨਰਮਲ ਸਿੰਘ ਮਿਆਮੜ ਵੀ ਬਹੁਤ ਵੱਡੀ ਸ਼ਖਸੀਅਤ ਸੀ ਏ ਵੀ ਸੇਵਾ ਬੜੀ ਚਿਰ ਤੋਂ ਕਰ ਰਹੀ ਸੀ ਇਹਨਾਂ ਦੀ ਸੇਵਾ ਹੀ ਇੰਨੀ ਸੀ ਕਿ ਜਦੋਂ ਇਹਨਾਂ ਨੂੰ ਅਹੁਦਾ ਦਿੱਤਾ ਗਿਆ ਤਾਂ ਸਿੱਧਾ ਪੰਥਕ ਕਮੇਟੀ ਦੇ ਦਿੱਤਾ ਗਿਆ ਇਸੇ ਤਰ੍ਹਾਂ ਹਰਮਿੰਦਰ ਸਿੰਘ ਸੁਲਤਾਨ ਨੂੰ ਉਹਨਾਂ ਨੂੰ ਵੀ ਸਿੱਧਾ ਪੰਥਕ ਕਮੇਟੀ ਚ ਲਿਆ ਗਿਆ ਕਿਉਂਕਿ ਸੇਵਾ ਹੀ ਲੰਬੇ ਸਮਿਆਂ ਤੋਂ ਪਰਿਵਾਰ ਦੀ ਤੇ ਇਹਨਾਂ ਦੀ ਇੰਨੀ ਜਾਰੀ ਸੀ ਤੇ ਹੋਰ ਜਿਹੜਾ ਇਹਨਾਂ ਦਾ ਇੱਕ ਬਹੁਤ ਹੀ ਸਟਰੋਂਗ ਪੱਖ ਆ ਜਿਹੜੇ ਬਹੁਤ ਥੋੜੇ ਸਿੰਘਾਂ ਦਾ ਕਿ ਇਹ ਸਭ ਤੋਂ ਔਖੇ ਕੰਮ ਇਹ ਆਪਣੇ ਸਿਰ ਲੈ ਲੈਂਦੇ ਸਨ ਸਭ ਤੋਂ ਔਖੇ ਕੰਮ ਕੀ ਹੁੰਦੇ ਸਨ ਇੱਕ ਤਾਂ ਪਰਿਵਾਰਾਂ ਦੀ ਸੇਵਾ ਸਭਾ ਫਿਰ ਇੱਕ ਤਾਂ ਕਰਾਉਣੇ ਲੋਕਾਂ ਨੂੰ ਸਮਝਾਉਣਾ ਉਹ ਤੇ ਸਭ ਤੋਂ ਅਹਿਮ ਸੀ ਕਿ ਜਿਹੜੇ ਬੰਦੇ ਉਸ ਵਕਤ ਸਾਡੇ ਖਿਲਾਫ ਮੌਕੇ ਦਾ ਫਾਇਦਾ ਲੈ ਕੇ ਉਠਾ ਕੇ ਜਿਹੜੇ ਕ੍ਰਿਮੀਨਲ ਐਲੀਮੈਂਟ ਸਾਡੇ ਨਾਮ ਥੱਲੇ ਲੁੱਟਖੋ ਕਰਦੇ ਸੀ ਜਾਂ ਹੋਰ ਇਹ ਜੋ ਕੰਮ ਕਰਦੇ ਸੀ ਜਿਹਨਾਂ ਸਾਡੀ ਬਦਨਾਮੀ ਹੁੰਦੀ ਆ ਜਾਂ ਨਿਜ ਨਿਜਨਸ ਨਿਜ ਸਵਾਰਥ ਦੇ ਕੰਮ ਕਰਦੇ ਸੀ ਉਹਨਾਂ ਦਾ ਇੱਕ ਖਾਸ ਯਾਨੀ ਕਿ ਇਹ ਨਿਗਾ ਰੱਖਦੇ ਸੀ ਤੇ ਉਹਨਾਂ ਨਾਲ ਦੁਸ਼ਮਣੀਆਂ ਲੈਣੀਆਂ ਉਹਨਾਂ ਨੂੰ ਫੜਨਾ ਫਿਰ ਉਹਨਾਂ ਨੂੰ ਸਜ਼ਾ ਦੇਣੀ ਉਹਨਾਂ ਨੂੰ ਵਾਰਨ ਕਰਕੇ ਛੱਡਣਾ ਫਿਰ ਉਹਨਾਂ ਨੂੰ ਸੋਧਣਾ ਵੀ ਮਾਜੇ ਜਿਹਨਾਂ ਦਾ ਖਾਸ ਕੰਮ ਸੀ ਤੇ ਖੀਰ ਤੱਕੇ ਕਰਦੇ ਰਹੇ ਤੇ ਇਹ ਬਹੁਤ ਵੱਡਾ ਕੰਮ ਹੈ ਐਕਸ਼ਨ ਕਰਨੇ ਹੋਰ ਗੱਲ ਹੁੰਦੀ ਐ ਆਪਣੇ ਪੰਥ ਚੋਂ ਹੀ ਬੰਦੇ ਜਿਹੜੇ ਕ ਰਾਹੇ ਪੈ ਗਏ ਜਾਂ ਸਟੇਟ ਦੇ ਕਹਣ ਤੇ ਚੱਲ ਰਹੇ ਆ ਉਹਨਾਂ ਨੂੰ ਲੱਭਣਾ ਉਹਨਾਂ ਨੂੰ ਕੰਟਰੋਲ ਕਰਨਾ ਤੇ ਉਹਨਾਂ ਨਾਲ ਲੜਨਾ ਤੇ ਇਹ ਬਹੁਤ ਵੱਡੀ ਗੱਲ ਹੁੰਦੀ ਐ ਬਹੁਤ ਥੋੜੇ ਬੰਦੇ ਕਰਦੇ ਤੇ ਇਹ ਇਹਨਾਂ ਸਿੰਘਾਂ ਦਾ ਕਮਰਜੀਤ ਸਿੰਘ ਹੁਣੇ ਨਿਰਮਲ ਉਹਨਾਂ ਦੀ ਖਾਸ ਸੀਤ ਸੀ ਮੈਂ ਸੋਚਦਾ ਕਿ ਇਹਨਾਂ ਦੀ ਬਹੁਤ ਹੀ ਵੱਡੀ ਖਾਸियत ਸੀ ਜੋ ਸਾਡੇ ਚ ਵੀ ਨਹੀਂ ਸੀ ਇਹੋ ਜੀ ਮੈਂ 2-3 ਵਾਰ ਦੇਖਿਆ ਹੈ ਕਿ ਇਹ ਜਦੋਂ ਜਾਏ ਤਾਂ ਇਹਨਾਂ ਦਾ ਇਹੀ ਹੁੰਦਾ ਸੀ ਕਿ ਅਸੀਂ ਤਾਂ ਲੜ ਰਹੇ ਸੀ ਅੱਗੇ ਦੁਸ਼ਮਣਾਂ ਨੂੰ ਵੱਡਿਆਂ ਨੂੰ ਉਹਨਾਂ 'ਤੇ ਅਟੈਕ ਕਰ ਰਹੇ ਸੀ ਤੇ ਇਹਨਾਂ ਨੂੰ ਇਹ ਕੰਮ ਵੀ ਨਾਲ ਕਰਨੇ ਪੈਂਦੇ ਸੀ ਜਿਹੜੇ ਬਹੁਤ ਔਖੇ ਸੀ ਇੱਕ ਵਾਰ ਇਹਨਾਂ ਨਾਲ ਜੇ ਇਹ ਗੱਲ ਹੋਈ ਤੇ ਇਹਨਾਂ ਨੇ ਦੱਸਿਆ ਕਿ ਤੁਸੀਂ ਤਾਂ ਇਹ ਸੌਖਾ ਆ ਕੰਮ ਕਰ ਰਹੇ ਹੋ ਕਿ ਸਾਨੂੰ ਤਾਂ ਇਹ ਦੇਖਣਾ ਪੈਂਦਾ ਕਿ ਹੁਣ ਜਿਹੜੀਆਂ ਸਾਡੀਆਂ ਠਹਿਰ ਆਇਆਂ ਜੋ ਪੰਥ ਥਿਆ ਉਹ ਸੰਗਤ ਆਇਆ ਉਹਨਾਂ ਨੂੰ ਜਿਹੜੇ ਲੋਕ ਤੰਗ ਕਰ ਰਹੇ ਆ ਜੋ ਆਪਣੇ ਨਾਮ ਤੇ ਆਪਣੇ ਭੇਖ ਚ ਰੁਟਾਖੂਆ ਕਰ ਰਹੇ ਆ ਬਦਲ اخਲਾਕੀ ਦੀਆਂ ਗੱਲਾਂ ਕਰਦੇ ਆ ਉਹਨਾਂ ਨੂੰ ਵੀ ਕੰਟਰੋਲ ਕਰਨਾ ਉਹਨਾਂ ਨੂੰ ਲੱਭਣਾ ਉਹਨਾਂ ਨੂੰ ਸਜ਼ਾ ਦੇਣੀ ਇਹਦੇ ਨਾਲ ਹੀ ਜਿਹੜੇ ਗਦਾਰ ਹਿੱਸੇ ਆ ਜੋ ਕਹਿਟਿਆ ਜਿਹੜੇ ਉਧਰ ਹੋ ਕੇ ਸਾਡੇ ਉਹਨਾਂ ਖਿਲਾਫ ਕਾਰਵਾਈਆਂ ਕਰਨੀਆਂ ਉਹ ਕਾਰਵਾਈਆਂ ਬਹੁਤ ਔਖੀਆਂ ਹੁੰਦੀਆਂ ਪੇਸ ਬਦਲ ਕੇ ਕਰਨੀਆਂ ਉਹਦੇ ਵਿੱਚ ਵੀ ਇਹਨਾਂ ਦੀ ਬਹੁਤ ਜ਼ਿਆਦੀ ਮਹਾਰਤ ਸੀ ਇਹਨਾਂ ਨੇ ਬਹੁਤ ਵੱਡਾ ਸਮਾਂ ਆਪਣਾ ਉੱਤੇ ਲਾਇਆ ਜਿੱਦਾਂ ਦੇਖੀ ਕਿ ਜਲੰਧਰ ਵਾਲੇ ਜਿਹੜੇ ਆਹੋ ਇੰਡੀਅਨ ਲਾਅ ਇਹ ਨਾਲੇ ਸੌਦੇ ਗਏ ਉੱਥੇ ਪਿੱਛੇ ਸਾਰੇ ਇਹਨਾਂ ਦੀ ਸਕੀਮਿੰਗ ਸੀ ਅੰਮ੍ਰਿਤਸਰ 'ਚ ਜਿਹੜੇ ਸੰਤੋਖ ਕਾਲੇ ਹੋਣੀ ਉਹਨਾਂ ਦੇ ਖਿਲਾਫ ਐਕਸ਼ਨਸ ਉਹ ਤੇ ਹੋਰ ਜਦੋਂ ਵੀ ਕਿਤੇ ਕਿਸੇ ਨੇ ਇਹੋ ਜਿਹੇ ਕੰਮ ਕੀਤੇ ਜਿਹੜੇ ਸਾਡੇ ਖਲਾਫ ਦੇ ਖਲਾਫ ਹੋਣ ਜਾਂ ਸੰਘਰਸ਼ ਦੇ ਖਲਾਫ ਹੋਣ ਜਾਂ ਨਿੱਜ ਨੂੰ ਫਾਇਦਾ ਦੇਣ ਹੋਣ ਜਾਂ ਫੈਰ ਮੌਕਾ ਪ੍ਰਸਤੀ ਵਾਲੇ ਹੋਣ ਕੋਈ ਵੀ ਕਰੇ ਇਹਨਾਂ ਦਾ ਸਟੈਂਡ ਬਹੁਤ ਸਖਤ ਤੇ ਬਹੁਤ ਨਿਆਰਾ ਹੁੰਦਾ ਸੀ ਕਿ ਇਹ ਕਦੀ ਵੀ ਉਹਨਾਂ ਕੋਈ ਸਮਝੌਤਾ ਨਹੀਂ ਸਿੱਕਰਦੇ ਇੱਥੋਂ ਤੱਕ ਵੀ ਇਹਨਾਂ ਦਾ ਹੁੰਦਾ ਸੀ ਕਿ ਤੁਸੀਂ ਇਹ ਸਾਡੇ ਤੇ ਛੱਡ ਦਿਓ ਕਿ ਜੇ ਆਪਾਂ ਇਹਨਾਂ ਨੂੰ ਨਹੀਂ ਕੰਟਰੋਲ ਕਰਾਂਗੇ ਇਹਨਾਂ ਨੂੰ ਫੇਸ ਨਹੀਂ ਕਰਾਂਗੇ ਤਾਂ ਕਿਸ ਤਰੀਕੇ ਨਾਲ ਆਪਾਂ ਸੰਘਰਸ਼ ਲੜਾਂਗੇ ਇਹਨਾਂ ਸਿੰਘਾਂ ਦੀ ਦੇਣ ਬਹੁਤ ਵੱਡੀ ਹੈ ਤੇ ਕਹੀ ਨਹੀਂ ਜਾ ਸਕਦੀ ਮੈਨੂੰ ਬੜਾ ਮਾਣ ਆ ਕਿ ਇਹ ਮੈਂ ਬਹੁਤ ਚਿਰ ਇਹਨਾਂ ਨਾਲ ਬਤਾਇਆ ਮਾਜੇ ਵਿੱਚ ਵੀ ਤੇ ਹੋਰ ਸਾਰੇ ਸ਼ਹਿਰਾਂ ਚ ਵੀ ਠਹਿਰਾਂ ਚ ਵੀ ਬੜੇ ਹਾਸੇ ਮਜ਼ਾਕ ਦੀ ਵੀ ਖੁਸ਼ੀ ਦੇ ਦੇਣੇ ਬੜੇ ਗਮੀ ਬੜੇ ਦੁਖਾਂ ਵਾਲੇ ਵੀ ਜਦੋਂ ਸਾਡੇ ਸਿੰਘ ਸ਼ਹੀਦ ਹੁੰਦੇ ਸੀ ਵੱਡੇ ਵੱਡੇ ਦਖਾਂਤਾਂ ਵਿੱਚ ਵੀ ਇਕੱਠੇ ਰਹੇ ਪਰ ਸਦਾ ਇਹ ਸਦਾ ਹੀ ਚੜ੍ਹਦੀ ਕਲਾ ਚ ਰਹਿੰਦੇ ਸਨ ਉਹੀ ਖੜੇ ਹੋਏ ਚਿਹਰੇ ਉਹੀ ਦ੍ਰਿੜ ਉਹੀ ਲਾਲੀ ਕਿ ਕਦੋਂ ਨੈਕਸਟ ਐਕਸ਼ਨ ਕਰੀਏ ਤੇ ਕਦੋਂ ਦੁਸ਼ਮਣ ਨੂੰ ਭਾਜੀ ਬੋੜੀਏ ਤੇ ਬੜੇ ਤਕੜੇ ਇਹ ਆਰਗੇਨਾਈਜ਼ਰ ਸਨ ਪਲੈਨਰ ਸਨ ਰੀਅਲ ਟਾਈਮ ਜਾਣੇ ਕੀ ਸਟ੍ਰੈਟੈਜਿਕ ਲੀਡਰਸ ਸਨ ਦੂਰ ਦੀ ਸੋਚਣ ਵਾਲੇ ਸਨ ਸਾਰੇ ਪੰਥ ਨੂੰ ਨਾਲ ਲੈ ਕੇ ਚੱਲਣ ਵਾਲੇ ਸੀ